ਵੀਰੇ 500 ਰੁਪਏ ਚਾਹੀਦਾ ਤਾਂ ਆ ਲੈ 500 ਰੁਪਿਆ। ਥੈਂਕ ਯੂ ਵੀਰੇ। ਯਾਰ ਤੇਤੇ ਹੈ ਰੋਜ਼ 500 ਰੁਪਿਆ ਲੈ ਜਾਂਦੇ, ਕਰਦਾ ਕੀ ਹੈ 500 ਰੁਪਏ? ਮੈਨੂੰ ਤਾਂ ਆਪ ਨਹੀਂ ਪਤਾ ਯਾਰ ਕਰਦਾ ਕੀ ਹੈ। ਪਿੱਛੇ ਜਾ ਕੇ ਦੇਖੀਏ ਕੀ ਕਰਦਾ। ਚੱਲ ਫਿਰ ਦੇਖੀਏ। ਯਾਰ ਜਾ ਕਿੱਥੇ ਰਿਹਾ ਹੈ? ਆਇਆ ਦੇਖਦੇ ਹਾਂ। ਕਾਟਨ ਹੈ ਚ ਤਾਂ ਕੋਈ ਰੈਸਟੋਰੈਂਟ ਲੱਗਦਾ ਯਾਰ। ਚੱਲ ਅੱਛਾ, ਤਾਂ ਹੀ ਤੂੰ ਘਰੇ ਰੋਟੀ ਨਹੀਂ ਖਾਂਦਾ ਵੀਰੇ। ਤੂੰ ਇੱਥੇ? ਉਹ ਤੂੰ ਕਿਸੇ ਸਸਤੇ ਰੈਸਟੋਰੈਂਟ 'ਚ ਚਲੇ ਜਾਂਦਾ, ਉਹ ਤਾਂ ਬਹੁਤ ਮਹਿੰਗਾ ਰੈਸਟੋਰੈਂਟ ਲੱਗਦਾ। ਵੀਰ ਤੁਸੀਂ ਬੈਠੋ ਤਾਂ ਸਹੀ, ਇਹ ਤਾਂ ਦੇਖਣ ਨੂੰ ਮਹਿੰਗਾ ਲੱਗਦਾ ਪਰ ਇਹਨਾਂ ਦਾ ਰੇਟ ਬਹੁਤ ਜ਼ਿਆਦਾ। ਉਹ ਤਾਂ ਠੀਕ ਆ, ਪਰ ਇਹੋ ਜਿਹਾ ਹੈ ਕਿਆ ਇਸ ਰੈਸਟੋਰੈਂਟ 'ਚ? ਵੀਰੇ ਜਿਹੋ ਜਿਹਾ ਫੂਡ ਉਰੇ ਮਿਲਦਾ ਨਾ ਨੇੜੇ ਤੇੜੇ ਦੇ ਕਿਸੇ ਵੀ ਰੈਸਟੋਰੈਂਟ 'ਚ ਨਹੀਂ ਮਿਲੂਗਾ ਤੁਹਾਨੂੰ। ਫਰਾਂਸ ਦੇ ਤਾਂ ਕੁੱਕ ਲੱਗੇ ਵੀਰੇ ਅੰਦਰ, ਤੁਸੀਂ ਖਾ ਕੇ ਤਾਂ ਦੇਖੋ। ਵਾਕਈ ਯਾਰ, ਇਹ ਤਾਂ ਲਾਜਵਾਬ ਬਣਿਆ ਹੋਇਆ। ਕਿਸੇ 5 ਸਟਾਰ ਰੈਸਟੋਰੈਂਟ ਨਾਲੋਂ ਘੱਟ ਨਹੀਂ ਹੈ ਇਹ। ਬਾਬੇ ਮੈਂ ਤਾਂ ਨਾਨ ਵੈਜ ਖਾਂਦਾ ਨਹੀਂ ਹੈਗਾ ਯਾਰ। ਉਰੇ ਤਾਂ ਵੈਜ ਨਾਨ ਵੈਜ ਸਾਰਾ ਕੁਝ ਅਵੇਲੇਬਲ ਹੈ। ਆਉਣ ਦੇ ਬਾਬੇ ਫਿਰ। ਉਹ ਇੱਥੇ ਤਾਂ ਫਿਰ ਆਪਾਂ ਆ ਜਾਇਆ ਕਰਾਂਗੇ ਯਾਰ। ਉੱਤੋਂ ਖੁੱਲ੍ਹਾ 24 ਘੰਟੇ ਰਹਿੰਦਾ।